ਸਤਿ ਸ਼੍ਰੀ ਅਕਾਲ ਦੋਸਤੋ। ਮੈਰੀਟੋਰੀ ਸਕੂਲਾਂ ਦੇ ਜੋ ਐਡਮਿਸ਼ਨ ਚੱਲ ਰਹੇ ਨੇ ਪਲੱਸ ਵਨ ਦੇ, ਉਹਨਾਂ ਦੀਆਂ ਦੋ ਕਾਉਂਸਲਿੰਗਾਂ ਹੋ ਗਈਆਂ ਨੇ। ਅਤੇ ਜਿਸ ਤਰ੍ਹਾਂ ਪਿੱਛੇ ਨੋਟੀਫਿਕੇਸ਼ਨ ਆਇਆ ਸੀ ਵੀ ਤੀਜੀ ਕਾਉਂਸਲਿੰਗ ਹੋਣੀ ਹੈ, ਅਤੇ ਉਹ 20 ਤਰੀਕ ਨੂੰ ਹੋਏਗੀ। ਅਤੇ ਉਹਦੇ ਨਾਲ ਰਿਲੇਟਡ ਅਫੀਸ਼ੀਅਲ ਨੋਟਿਸ ਆਇਆ ਅੱਜ, ਜਿਸ 'ਚ ਉਹਨਾਂ ਨੇ ਬੋਆਇਜ਼ ਅਤੇ ਗਰਲਸ ਦੀ ਮੈਰਿਟ ਲਿਸਟ ਪਾਈ ਹੈ। ਅਤੇ ਤੁਸੀਂ ਦੇਖ ਸਕਦੇ SSA ਪੰਜਾਬ ਦੀ ਸਾਈਟ 'ਤੇ ਜਾਂ meritoriousschools.com 'ਤੇ। ਸੋ ਇਹਨੂੰ ਜਦੋਂ ਡਾਊਨਲੋਡ ਕਰਾਂਗੇ, ਇੰਸਟਰਕਸ਼ਨ ਤਾਂ ਸੇਮ ਹੀ ਰਹਿਣਗੀਆਂ ਅਤੇ ਵੈਨਿਊ ਵੀ ਸੇਮ ਹੈ। ਮੈਰੀਟੋਰੀ ਸਕੂਲ ਜੋ ਹੈ ਉੱਥੇ ਹੀ ਕਾਉਂਸਲਿੰਗ ਹੋਣੀ ਹੈ। ਸੋ ਇਹ ਗਰਲਸ ਦੀ ਲਿਸਟ ਹੈ। ਸੋ ਇਹਨਾਂ ਨੇ ਜੋ ਗਰਲਸ ਨੂੰ ਸਿਲੈਕਟ ਕੀਤਾ ਹੈ, ਦੇਖ ਸਕਦੇ ਹੋ ਇੱਥੇ ਤੁਸੀਂ। ਸੀਰੀਅਲ 371 ਜੋ ਸੀਰੀਅਲ ਵਾਈਜ਼ ਨੇ, ਇਹ ਤੁਸੀਂ PDF ਵੀ ਲੈ ਸਕਦੇ ਹੋ ਮੈਨੂੰ ਮੈਸੇਜ ਕਰਕੇ, ਜਾਂ ਫਿਰ ਸਿੱਧਾ ਸਾਈਟ ਤੋਂ ਡਾਊਨਲੋਡ ਹੋ ਜਾਏਗਾ। ਅਤੇ ਇਸੇ ਤਰ੍ਹਾਂ ਬੋਆਇਜ਼ ਦੀ ਹੈ। ਬੋਆਇਜ਼ ਲਈ ਸੀਟਾਂ ਘੱਟ ਨੇ ਅਤੇ 89 ਸ਼ੋਰਟਲਿਸਟ ਕੀਤੇ ਨੇ। ਅਤੇ ਇਹਦੇ ਵਿੱਚ ਤੁਸੀਂ ਟਾਈਮਲੀ ਪਹੁੰਚ ਕੇ ਦੇਖ ਸਕਦੇ ਹੋ, ਕਿਉਂਕਿ ਲਾਸਟ ਹੀ ਮੇਰੇ ਖਿਆਲ 'ਚ ਕਾਉਂਸਲਿੰਗ ਹੋਏਗੀ, ਕਿਉਂਕਿ ਲੜਕੀਆਂ ਨੇ ਤਾਂ ਆਲਮੋਸਟ ਕਾਫੀ ਫਿਲ ਕਰ ਦਿੱਤਾ ਹੈ, ਲੜਕੀਆਂ ਨੇ ਕੰਪੈਰੇਟਿਵਲੀ ਇੰਨਾ ਫਿਲ ਨਹੀਂ ਕੀਤਾ। ਅਤੇ ਕੰਪੈਰੇਟਿਵਲੀ ਲੜਕੀਆਂ ਦੀਆਂ ਸੀਟਾਂ ਜ਼ਿਆਦਾ ਖਾਲੀ ਰਹਿ ਗਈਆਂ ਨੇ। ਅਤੇ ਜੋ ਬੋਆਇਸ ਨੇ ਉਹ ਜਾ ਕੇ ਟਾਈਮਲੀ ਕਾਉਂਸਲਿੰਗ ਅਟੈਂਡ ਕਰੋ, ਜੋ ਵੀ ਤੁਹਾਨੂੰ ਨਜ਼ਦੀਕ ਮੈਰੀਟੋਰੀਆ ਸਕੂਲ ਪੈਂਦਾ ਉੱਥੇ ਜਾ ਕੇ ਤੁਸੀਂ ਜਾ ਸਕਦੇ ਹੋ। ਅਤੇ ਬੜੀ ਜ਼ਰੂਰੀ ਸੂਚਨਾ ਸੀ, ਇਨਫੋਰਮੇਸ਼ਨ ਸੀ। ਸੋ ਜ਼ਿਆਦਾ ਤੋਂ ਜ਼ਿਆਦਾ ਦੋਸਤਾਂ ਨਾਲ ਸ਼ੇਅਰ ਕਰੋ ਤਾਂ ਕਿ ਉਹ ਇਸ ਮੌਕੇ ਦਾ ਫਾਇਦਾ ਉਠਾ ਸਕਣ ਅਤੇ ਕਾਉਂਸਲਿੰਗ ਨੂੰ ਅਟੈਂਡ ਕਰ ਸਕਣ। ਥੈਂਕ ਯੂ ਵੈਰੀ ਮੱਚ। ਕੋਈ ਵੀ ਕਮੈਂਟ ਹੈ ਮੈਨੂੰ ਮੈਸੇਜ ਕਰ ਸਕਦੇ ਹੋ।